सतनाम श्री वाहे गुरु साहेब जी बेलावल जन्म मरण का भ्रम गया गोबिंद लेव लागी जीवत सुन समान्या गोर साखी जागी जन्म मरण का भ्रम गया गोबिंद लेव लागी जीवत सुन समान्या गोर साखी जागी रहाओ काशी ते तुन उपजै तुन काशी जाई काशी फूटी पंडता तुन कहां समाई तेरे कुटी संद मैं पेखिया काट हूँ काट जागी ऐसी बुद्ध समाचारी काट माहे त्यागी आप ते जाने तेज तेज समाना कहो कबीर अब जाने गोबिंद मन मन्ना आप ते जाने तेज तेज समन्ना कहो कबीर अब जाने गोबिंद मन मन्ना वाहे गुरु जी का खालसा वाहे गुरु जी की फतेह। परम सम्मान योग गुरु रूप खालसा साध संगत जी आप सरबत संगतां वड्डियां पागां वाले हो तन तन श्री गुरु रामदास जी महाराज जी दे पवित्र स्थान सचखंड श्री हरिमंदर साहिब जी विखे दर्शन इशनान करन शिरकत करन पहुंचे हो दीन दुनिया दे मालक तन तन श्री गुरु ग्रंथ साहिब जी महाराज श्री हरिमंदर साहिब जी विखे सुशोभित हो करके विराजमान हो करके जिथे समुची लुकाई नूं दर्शन दिदारे बख्श रहे हन
ਉੱਥੇ ਸਮੁੱਚੇ ਜਗਤ ਦਾ ਮਾਰਗ ਦਰਸ਼ਨ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣਾ ਪਾਕ ਪਵਿੱਤਰ ਫੁਰਮਾਨ ਜਾਰੀ ਕਰਦੇ ਹਨ। ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਣ ਵਾਲੇ ਫੁਰਮਾਨ ਦੀ ਸ਼੍ਰੀ ਮੁਖਵਾਕ ਦੀ ਹੁਕਮਨਾਮੇ ਦੀ ਕਥਾ ਵਿਚਾਰ ਆਪ ਸਰਬੱਤ ਸੰਗਤਾਂ ਜਿੱਥੇ ਲਾਈਵ ਦੇਸ਼ਾਂ ਦੇਸ਼ਾਂਤਰਾਂ ਵਿੱਚ ਸਰਵਣ ਕਰਦੇ ਹੋ ਉੱਥੇ ਹੀ ਗੁਰਮੁਖ ਪਿਆਰੇ ਸਤਸੰਗੀ ਜਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਕ ਸਥਾਨ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਹਾਜ਼ਰੀਆਂ ਭਰ ਕਰਕੇ ਸਰਵਣ ਕਰਦੇ ਹੋ। ਆਓ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਇਸ ਅਗੰਮੀ ਫੁਰਮਾਨ ਦੀ ਜੋ ਵਿਚਾਰ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 857 ਅੰਗ ਉੱਤੇ ਇਹ ਮਹਾਨ ਅਗੰਮੀ ਵਾਕ ਦਰਜ ਹੈ, ਸ੍ਰੀ ਕਬੀਰ ਜੀ ਦੀ ਪਾਕ ਬਾਣੀ ਹੈ। ਭਗਤ ਬਾਣੀ ਦੇ ਬੜੇ ਪਾਕ ਅਤੇ ਪਵਿੱਤਰ ਲਫ਼ਜ਼ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗਾਂ ਉੱਤੇ ਸੁਸ਼ੋਭਿਤ ਨੇ। ਇਸ ਫੁਰਮਾਨ ਦੀ ਜੋ ਵਿਚਾਰ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੇ ਸਦਕਾ ਆਰੰਭ ਕਰਨਾ ਕਰੀਏ ਜੀ। ਔਰ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸ ਅਕਾਲ ਪੁਰਖ ਦੀ ਅਗੰਮੀ ਜੋਤ ਦੇ ਨੌਵੇਂ ਵਾਰਸ ਉਹ ਨੌਵਾਂ ਮਹੱਲ ਜਿੱਥੇ ਪਰਮਾਤਮਾ ਦੀ ਅਗੰਮੀ ਜੋਤ ਬਿਰਾਜਮਾਨ ਰਹੀ ਉਸ ਮਹੱਲ ਦਾ ਨਾਮ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹੈ। ਭਾਰਤ ਵਰਸ਼ ਦੀ, ਦੇਸ਼ ਦੀ, ਸੰਸਕ੍ਰਿਤੀ ਦੀ, ਇਨਸਾਨੀਅਤ ਦੀ, ਮਾਨਵਤਾ ਦੀ ਰੱਖਿਆ ਕਰਨ ਵਾਲੇ ਔਰ ਸ਼ਹਾਦਤ ਦੀ ਮਹਾਨ ਅਵਧੀ ਨੂੰ ਮਾਨਣ ਵਾਲੇ ਜਿਨ੍ਹਾਂ ਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਭ ਲਫ਼ਜ਼ ਵਰਤਿਆ ਹੈ, ਖੁਦ ਖੁਦਾ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਜੰਝੂ ਰਾਖਾ ਪ੍ਰਭ ਤਾਂਕਾ। ਜੰਝੂ ਦੀ ਰੱਖਿਆ ਪ੍ਰਭੂ ਨੇ ਆਪਣੇ ਸਰਗੁਣ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਰਾਹੀਂ ਕੀਤੀ। ਉਸ ਮਹਾਨ ਅਗੰਮੀ ਪੁਰਸ਼ ਨੇ ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹਾਦਤ ਦਿੱਤੀ, ਡੁੱਬਦੇ ਹੋਏ ਜੰਝੂ ਨੂੰ ਆਸਰਾ ਦਿੱਤਾ, ਇਨਸਾਨੀਅਤ ਦੀ ਰੱਖਿਆ ਕੀਤੀ ਔਰ ਔਰੰਗਜ਼ੇਬ ਵਰਗੇ ਬੇਕਾਬੂ ਦਰਿਆ ਨੂੰ ਬੰਨ ਲਾ ਕੇ ਇਸ ਦੇਸ਼ ਦੇ ਅੰਦਰ ਇਨਸਾਨੀਅਤ ਦੀ, ਮਨੁੱਖੀ ਹੱਕਾਂ ਦੀ ਬਾਤ ਦ੍ਰਿੜ ਕਰਵਾਈ। ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਨੂੰ ਕੋਟ ਕੋਟ ਸਮੁੱਚੇ ਜਗਤ ਵੱਲੋਂ ਪ੍ਰਣਾਮ ਹੈ ਔਰ ਸਦਾ ਸਮੁੱਚੀ ਕਾਇਨਾਤ ਮਨੁੱਖਤਾ ਉਹਨਾਂ ਦੀ ਰਿਣੀ ਰਹੇਗੀ। ਇਸ ਸ਼ਹਾਦਤ ਦੇ ਬਾਬਤ ਬੜੇ ਬੜੇ ਇਤਿਹਾਸਕਾਰਾਂ ਨੇ, ਵਿਦਵਾਨ ਪੁਰਸ਼ਾਂ ਨੇ ਜ਼ਿਕਰ ਕੀਤਾ ਹੈ। ਜਿੱਥੇ ਸਿੱਖ ਜਗਤ ਦੇ ਬੜੇ ਬੜੇ ਇਤਿਹਾਸਕ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਰਜ, ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ ਜਿੱਥੇ ਇਸ ਇਤਿਹਾਸ ਦਾ ਜ਼ਿਕਰ ਕਰਦਾ ਹੈ, ਉੱਥੇ ਹੋਰ ਵੀ ਬੜੇ ਬੜੇ ਫਾਰਸੀ ਦੇ, ਅਰਬੀ ਦੇ ਵਿਦਵਾਨਾਂ ਨੇ, ਇੰਗਲਿਸ਼ ਦੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਆਓ ਕੁਝ ਸਮਾਂ ਉਸ ਅਗੰਮੀ ਸ਼ਹਾਦਤ ਦੇ ਇਤਿਹਾਸ ਦੇ ਨਾਲ ਜੁੜ ਕੇ ਵੈਰਾਗ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਗਾਉਣਾ ਕਰੀਏ। ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਆਗਾਜ਼ ਹੈ, ਜਿੱਥੇ ਅੱਜ ਆਪ ਸਰਬੱਤ ਸੰਗਤਾਂ ਆਨੰਦ ਮਾਣ ਰਹੇ ਹੋ,
श्री अमृतसर साहिब जी की पाक धरती ते हुंदा है। और याद रखियो दसां पातशाहियां विचों ये केवल गुरु तेग बहादुर साहिब ही ने जिन्हां दा आगाज श्री अमृतसर साहिब हुंदा है। गुरु के महल विखे दीन दुनिया दे मालक दा प्रकाश होया। गुरु हरगोबिंद साहिब सच्चे पातशाह संगतां विच सुशोभित सन। संमत 1678 वैसाख वदी पंचमी नूं श्री नानकी जी माता नानकी जी दे हिरदे विच गुरु तेग बहादुर साहिब सच्चे पातशाह दा आगाज हुंदा है। पिता गुरु हरगोबिंद साहिब नूं सिखां ने जाके सतसंग विच बैठे सन, जिमें अज गुरु ग्रंथ साहिब महाराज तख्त ते सुशोभित ने। इउं छठम पीर बैठा गुरभारी कुल कायनात दा मालक छेवें जामे विच बैठा है। सिखां ने खबर दित्ती महाराज आप जी दे ग्रह विखे बालक दा आगाज होया है। हुण जे ते कोई दुनियावी बाप हुंदा ते खेड़े विच नचण लग पैंदा, एक आनंद की अवस्था विच पातशाह बैठे ने, वो अवस्था जिथे गमी खुशी का कोई आगाज आवा गमन नहीं है, आउन जान नहीं है, सदा आनंद की अवस्था विच सुशोभित रहने वाले। खबर दिती गई पातशाह नूं बालक जन्मयो भयो आनंद, खुशियां खेड़े ने, बालक पैदा होए ने, रखबे हित जग बीरज हिंद, बालक जन्मयो भयो आनंद, भारत वर्ष दा जंजू दा इंसानियत दा बीरज बीज रखण दे लई बालक पैदा हो गया है। गुरु हरगोबिंद साहिब दीवान दी समाप्ति करवा के घर पहुंचे, गुरु के महलां विच पहुंचे। इतिहास गवाह है भी उस अगम्मी बालक दे दिदारे करके दोवें हथ जोड़ के कुल कायनात दा मालक खुद खुदा गुरु हरगोबिंद साहिब सीस चुकाउंदा है। बाबा बिधी चंद जी नाल ने ते सह सुभा पुछया पातशाह समुची कायनात तुहाडे कदम बोसी करदी है, चरणां विच चुकदी है, और तुसी एक बालक नूं हथ जोड़ के सीस निवाया है। वैसे भी लोक लज दे अंदर दुनियादारी दे अंदर बालक पिता दे अगे झुकदा है, पिता कदे बालक अगे नहीं झुकया। आप जी कृपा करके दसना करो की कारण है। तीन बचन उत्थे गुरु हरगोबिंद साहिब ने कीते ने, ध्यान दिओ। त्रिडंड अखंड महाप्रचंड। गुरु हरगोबिंद साहिब ने तीन बचन उस अगमी बालक दे प्रथाए बाबा बिधी चंद दे सामने रखे ने। महाराज आखण लगे, हे सुखो, हे बाबा बिधी चंद जी, ये जिहड़ा बालक है ना, त्रिडंड पापियां नूं डंड देवेगा। इतिहास गवाह है, मैदाने जंग विच ऐसी तलवार चलाई है, तेग दा धनी तेग बहादुर प्रचलित होया है। पापियां नूं डंड देवेगा, दुराचारियां नूं डंड देवेगा। त्रिडंड सिर क्यों चुकाया है, पापियां नूं डंड देण वाला है। अखंड इसकी समाधि खंडित नहीं की जा सकती। इतिहास पढ़ोगे तो तुहानू ख्याल आवेगा भी शीहे ने, शीहे मसंद ने गोली चलाई सी पातशाह दे, जख्म लगा, जख्मी हो गए, पर समाधि नहीं टुटी। ये अखंड होवेगा, किन्नी भी मुसीबत आ जाए यह अडोल रहेगा। यदि समाधि चांदनी चौंक पिंजरे दे विच बैठे दी भी नहीं टुटी। बड़े बड़े तूफान झखड़ झुलणगे, दी समाधि अडोल रहेगी। त्रिडंड पापियां नूं डंड देण वाला है, अखंड यदि समाधि अखंडता तो रहत है। प्रचंड जिमें हीरा सत्तां पड़दियां विच रह के भी चमक कायम रखता है, सत्तां तालियां विच भी इसनूं बंद कर दिओ
ਇਹ ਦੁਨੀਆਂ ਦੇ ਉੱਤੇ ਪ੍ਰਗਟ ਸਰੂਪ ਹੋਵੇਗਾ, ਕੁੱਲ ਕਾਇਨਾਤ ਦੇ ਵਿੱਚ ਇਸ ਦੀ ਜੈ ਜੈਕਾਰ ਹੋਵੇਗੀ। ਅੱਗੇ ਤੁਸੀਂ ਮੰਗਲ ਵਿੱਚ ਸੁਣਿਆ ਵੀ ਹੈ, ਆਖਣ ਲੱਗੇ ਹੈ 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 ਸਭ ਜਗ ਭਇਓ ਜੈ 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 ਸੁਰਲੋਕ, ਤਿੰਨਾਂ ਲੋਕਾਂ ਵਿੱਚ ਇਹਦੀ ਜੈ ਜੈਕਾਰ ਹੋਵੇਗੀ। ਬਾਬਾ ਬਿਧੀ ਚੰਦ ਜੀ ਇਸ ਅੱਗੇ ਸੀਸ ਤਾਂ ਨਿਭਾਇਆ ਹੈ, ਅਖੰਡ ਪ੍ਰਚੰਡ ਤ੍ਰਿਡੰਡ ਅਖੰਡ ਮਹਾਂਪ੍ਰਚੰਡ, ਪਾਪੀਆਂ ਨੂੰ ਡੰਡ ਦੇਣ ਵਾਲਾ ਅਖੰਡ ਸਮਾਧੀ ਦਾ ਮਾਲਕ ਖੁਦ ਖੁਦਾ ਦੁਨੀਆਂ ਤੇ ਆਇਆ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇਸ ਬਾਲਕ ਦੇ ਆਗਾਜ਼ ਤੇ ਹੀ ਬਚਨ ਕਰ ਦਿੱਤੇ ਸਨ। ਔਰ ਇਤਿਹਾਸਕਾਰ ਕਹਿੰਦੇ ਨੇ ਵੀ ਆਪਣੇ ਪਹਿਲੇ ਸਰਗੁਣ ਸਰੂਪ ਅਕਾਲ ਪੁਰਖ ਦੇ ਪਹਿਲੇ ਜਾਮੇ ਗੁਰੂ ਨਾਨਕ ਸਾਹਿਬ ਦੇ ਅੱਗੇ ਇੱਕ ਬੇਨਤੀ ਕੀਤੀ ਸੀ ਛੇਵੇਂ ਪਾਤਸ਼ਾਹ ਨੇ, ਹੇ ਗੁਰੂ ਨਾਨਕ ਨਿਰੰਕਾਰੀ ਇਸ ਬਾਲਕ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਓ, ਬਦੀ ਸਾਹਮਣੇ ਅੜ ਖਲੋਣ ਦੀ ਬਰਕਤ ਬਖਸ਼ਿਓ, ਬਦੀ ਨਾਲ ਟਕਰਾਉਣ ਦੀਆਂ ਬਰਕਤਾਂ ਬਖਸ਼ਿਓ, ਝੱਖੜਾਂ ਦੇ ਨਾਲ ਟਕਰਾਉਣ ਦੀ ਤਾਕਤ ਬਖਸ਼ਿਓ। ਵਿਚਾਰ ਕਰਿਓ ਗੁਰੂ ਹਰਗੋਬਿੰਦ ਸਾਹਿਬ ਦੀ ਅਰਦਾਸ ਜੋ ਆਪਣੇ ਹੀ ਪਹਿਲੇ ਜਾਮੇ ਦੇ ਸਨਮੁਖ ਉਹਨਾਂ ਕੀਤੀ, ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕੀਤੀ। ਬਾਣੀ ਦਾ ਫੁਰਮਾਨ ਹੈ, ਜੋ ਵੀ ਮੰਗੋ ਗੁਰੂ ਨਾਨਕ ਕੋਲੋਂ, ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ, ਕੀਨੀ ਦਾਤ ਨਾਨਕ ਨਿਰੰਕਾਰੀ ਝੋਲੀਆਂ ਭਰਦੇ ਨੇ। ਧਿਆਨ ਦਿਓ ਇਤਿਹਾਸ ਵੱਲ, ਉਹ ਮਹਾਂਪ੍ਰਚੰਡ ਹੈ, ਉਹ ਅਖੰਡ ਹੈ। ਗੁਰੂ ਗੋਬਿੰਦ ਸਿੰਘ ਨੇ ਇੱਕ ਅਲਫਾਜ਼ ਵਰਤਿਆ ਉਸ ਮਹਾਂਪੁਰਸ਼ ਲਈ, ਕਹਿੰਦੇ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਏਡਾ ਅਖੰਡ ਹੈ, ਏਡਾ ਬਦੀ ਦੇ ਸਾਹਮਣੇ ਅੜ ਖਲੋਣ ਵਾਲਾ ਗੁਰੂ ਹੈ, ਸਿਰ ਦੇ ਦਿੱਤਾ ਝੁਕਿਆ ਨਹੀਂ, ਸੀ ਨਹੀਂ ਕਰਦਾ। ਏ ਹਿੰਨ ਬਿਨ ਅਰਦਾਸ ਪ੍ਰਵਾਨ ਹੋਈ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਕਿਸ਼ਨ ਕੌਰ ਦੀ ਬਚੜੀ ਸੁਪੁੱਤਰੀ ਦੇ ਨਾਲ, ਜੋ ਸਾਡੀ ਮਾਤਾ ਗੁਜਰੀ ਜੀ ਹੈ, ਉਹਨਾਂ ਦੇ ਨਾਲ ਮੁਕਰਰ ਕੀਤਾ, ਕਰਵਾ ਦਿੱਤਾ। ਦੀਨ ਦੁਨੀਆਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ। ਸ੍ਰੀ ਲਾਲ ਚੰਦ ਜੀ ਕਰਤਾਰਪੁਰ ਦੇ ਨਿਵਾਸੀ ਸਨ, ਜਿਨ੍ਹਾਂ ਦੀ ਬੱਚੀ ਬੀਬੀ ਗੁਜਰੀ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਲਾਵਾਂ ਹੋਈਆਂ। ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ 1695 ਬਿਕਰਮੀ ਸੰਮਤ ਚੇਤ ਸੁਧੀ ਪੰਚਮੀ ਨੂੰ ਪੰਜ ਭੂਤਕ ਸਰੀਰ ਤਿਆਗਦੇ ਨੇ, ਆਪਣੀ ਅਗੰਮੀ ਜੋਤ ਸੱਤਵੇਂ ਜਾਮੇ ਦੇ ਵਿੱਚ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਪ੍ਰਵੇਸ਼ ਕਰਾਉਂਦੇ ਨੇ। ਮਹੱਲ ਬਦਲ ਗਿਆ ਹੈ, ਸੱਤਵੇਂ ਮਹੱਲ ਵਿੱਚ ਜੋਤ ਪ੍ਰਵੇਸ਼ ਹੁੰਦੀ ਹੈ। ਔਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਪੰਜ ਭੂਤਕ ਸਰੀਰ ਤਿਆਗਦੇ ਨੇ, ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਦੇ ਨਾਲ ਔਰ ਆਪਣੀ ਮਾਤਾ ਸ਼੍ਰੀ ਨਾਨਕੀ ਜੀ ਦੇ ਨਾਲ ਬਕਾਲੇ ਚਲੇ ਜਾਂਦੇ ਨੇ ਔਰ ਇੱਕ ਅਗੰਮੀ ਚੌਂਕੜੇ ਦੇ ਵਿੱਚ ਜੁੜ ਜਾਂਦੇ ਨੇ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਚੌਂਕੜੇ ਵਿੱਚ ਬੈਠ ਗਏ। ਸਮਾਂ ਆਇਆ ਗੁਰੂ ਹਰਕ੍ਰਿਸ਼ਨ ਸਾਹਿਬ ਰੂਪੀ ਮਹੱਲ ਦੇ ਵਿੱਚ ਨਾਨਕ ਨਿਰੰਕਾਰੀ ਦੀ ਜੋਤ ਪ੍ਰਵੇਸ਼ ਹੋਈ। ਧਿਆਨ ਦਿਓ, ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਟਿਆ। ਮਹੱਲ ਬਦਲਿਆ ਹੈ, ਚੋਲਾ ਬਦਲਿਆ ਹੈ, ਜਾਮਾ ਬਦਲਿਆ ਹੈ, ਲਿਬਾਸ ਬਦਲਿਆ ਹੈ, ਰਾਜੇ ਨੇ ਰਾਜਾ ਨਹੀਂ ਬਦਲਿਆ, ਜੋਤ ਹੋਈ ਹੈ, ਜੁਗਤ ਹੋਈ ਹੈ, ਕੇਵਲ ਸਰੀਰ ਬਦਲਿਆ ਹੈ। ਹੁਣ ਰਿਸ਼ਤੇ ਵਿੱਚ ਬਾਬਾ ਤੇਗ ਬਹਾਦਰ ਸਾਹਿਬ ਗੁਰੂ ਹਰਕ੍ਰਿਸ਼ਨ ਜੀ ਦੇ ਬਾਬਾ ਜੀ ਲੱਗਦੇ ਨੇ ਨਾ। ਧਿਆਨ ਦਿਓ, ਦਿੱਲੀ ਦੇ ਅੰਦਰ ਕੁੱਲ ਕਾਇਨਾਤ ਦਾ ਮਾਲਕ
गुरु नानक साहब अपना अठवां जामा त्यागण लगा गुरु हरकृष्ण दे रूप विच। संगतां ने पुछया जी किहदे लड़ला के चले हो, ने खसमे ही ना छड जायो, खसम कौन होवेगा साडा। गुरु हरकृष्ण महाराज कहिंदे ओ जिहड़ा साडा बाबा है ना बकाले रहण वाला, अगमी बोल सन बाबा बकाले। हुण बाबे तो भाव स्पष्ट सी पर अगमी बचन साडी समझ विच नहीं आउंदे। ਉਹ ਸੋਢੀ ਸਾਰੇ ਬਾਬੇ ਬਣ ਕੇ ਬਹਿ ਗਏ ਵੀ ਬਕਾਲੇ ਦੇ ਮਾਲਕ ਅਸੀਂ ਹਾਂ। ਉੱਥੇ ਬਾਈ ਮੰਜੀਆਂ ਵੀ ਡਹਿ ਗਈਆਂ, ਬੜਾ ਕੱਚ ਇਕੱਠਾ ਹੋ ਗਿਆ। ਹੁਣ ਕੱਚ ਦੇ ਵਿੱਚੋਂ ਹੀਰਾ ਲੱਭਣਾ ਜ਼ੋਹਰੀ ਦਾ ਕੰਮ ਹੈ। ਆਪਾਂ ਨੂੰ ਪਹਿਚਾਣ ਨਹੀਂ ਹੈ, ਕੋਈ ਕੱਚ ਘੜ ਕੇ ਆਪਾਂ ਨੂੰ ਦੇ ਦੇਵੇ ਆਪਾਂ ਭੁਲੇਖਾ ਖਾ ਜਾਂਦੇ ਵੀ ਸ਼ਾਇਦ ਹੀਰਾ ਹੀ ਹੈ। ਉਹ ਬਾਈ ਮੰਜੀਆਂ ਡਹਿ ਗਈਆਂ, ਬੜੇ ਉੱਥੇ ਬਗਲੇ ਇਕੱਠੇ ਹੋ ਗਏ। ਹੁਣ ਹੰਸ ਲੱਭੇ ਕਿੱਦਾਂ ਲਿਬਾਸ ਤੇ ਇੱਕੋ ਜਿਹਾ ਹੈ। ਜ਼ੋਹਰੀ ਆ ਗਿਆ ਅੱਜ ਬਾਬਾ ਮੱਖਣ ਸ਼ਾਹ ਲਬਾਣਾ, ਜ਼ੋਹਰੀ ਆਇਆ ਹੈ। ਜ਼ੋਹਰੀ ਨੇ ਲੱਭ ਲਿਆ, ਬੜੇ ਕੌਤਕ ਹੋਏ। ਸੰਖੇਪ ਵਿੱਚ ਹੀ ਚੱਲੀਏ, ਸਮਾਂ ਉਨਾ ਨਹੀਂ। ਬੜੇ ਕੌਤਕ ਹੋਏ, ਜ਼ੋਹਰੀ ਨੇ ਕੱਚ ਚੋਂ ਹੀਰਾ ਲਿਆ ਲੱਭ। ਰਹਿਣ ਬਸੇਰਾ ਇੱਕ ਭੋਰੇ ਦੇ ਵਿੱਚ ਸੀ ਪਾਤਸ਼ਾਹ ਦਾ। ਬਾਬਾ ਮੱਖਣ ਸ਼ਾਹ ਲਬਾਣਾ ਜੀ ਨੇ ਪ੍ਰਗਟ ਕਰ ਲਿਆ। 1721 ਬਿਕਰਮੀ ਸੰਮਤ ਨੂੰ ਗੁਰਤਾ ਦੇ ਮਾਲਕ ਬਣਦੇ ਨੇ। ਬਾਬਾ ਮੱਖਣ ਸ਼ਾਹ ਲੁਬਾਣਾ ਜੀ ਗੁਰੂ ਨਾਨਕ ਨਿਰੰਕਾਰੀ ਦੇ 9ਵੇਂ ਜਾਮੇ ਨੂੰ ਪ੍ਰਗਟ ਕਰਦੇ ਨੇ। ਅਡੋਲ ਸਮਾਧੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੁਭਾਏ ਮਾਨ ਨੇ। ਧਿਆਨ ਦਿਓ, ਰੱਬੀ ਰਸ ਮਾਣੇ ਤੋਂ ਬਿਨਾਂ ਰੱਬ ਦਾ ਰਸ ਮਾਨਣ ਵਾਲੇ ਸੱਤ ਪੁਰਸ਼ਾਂ ਦੀ ਪਹਿਚਾਣ ਨਹੀਂ ਹੁੰਦੀ। ਜਿੰਨਾ ਚਿਰ ਪਾਰਖੂ ਨਹੀਂ ਹੈ ਤੈਨੂੰ ਸਮਝ ਨਹੀਂ ਲੱਗੇਗੀ ਹੀਰਾ ਕੀ ਹੈ, ਕੱਚ ਕੀ ਹੈ, ਬਗਲਾ ਕੀ ਹੈ, ਹੰਸ ਕੀ ਹੈ। ਔਰ ਭੋਰੇ ਵਿੱਚ ਚੌਂਕੜਾ ਲਾਉਣ ਦਾ ਮਤਲਬ ਸੀ ਵੀ ਜੇ ਕਿਸੇ ਬੂੰਦ ਨੇ ਸੁੱਚਾ ਮੋਤੀ ਬਣਨਾ ਹੈ ਤੇ ਉਹਨੂੰ ਸਿੱਪੀ ਦੀ ਗੋਦ ਵਿੱਚ ਲੰਮਾ ਸਮਾਂ ਬਹਿਣਾ ਹੀ ਪੈਂਦਾ ਹੈ। ਵਰਖਾ ਹੋਈ, ਬੂੰਦਾਂ ਸਮੁੰਦਰ ਦੀ ਸੱਤਾ ਤੇ ਡਿੱਗੀਆਂ। ਕਰਮਾਂ ਵਾਲੀ ਬੂੰਦ ਜਿਹੜੀ ਸਿੱਪੀ ਦੇ ਮੁਖਾਰ ਬਿੰਦ ਵਿੱਚ ਪੈ ਗਈ, ਸਿੱਪੀ ਨੇ ਗੋਦ ਵਿੱਚ ਲਿਆ, ਸਮੁੰਦਰ ਦੀ ਗਹਿਰਾਈ ਵਿੱਚ ਗਈ। ਮਛੁਆਰੇ ਨੇ ਟੋਬੇ ਨੇ ਟੁੱਬੀ ਲਾਈ, ਸਿੱਪੀ ਕੱਢ ਲਈ, ਪੱਥਰ ਮਾਰ ਕੇ ਸਿੱਪੀ ਨੂੰ ਭੰਨਿਆ। ਉਹ ਜਿਹੜੀ ਸੈਂਕੜੇ ਵਰੇ ਪਹਿਲਾਂ ਬੂੰਦ ਸਿੱਪੀ ਦੀ ਗੋਦ ਵਿੱਚ ਸਮਾਈ ਸੀ, ਜਦੋਂ ਸਿੱਪੀ ਨੂੰ ਭੰਨਿਆ ਟੋਬੇ ਨੇ ਟੁੱਬੀ ਲਾਉਣ ਵਾਲੇ ਨੇ, ਉਹ ਮਾਮੂਲੀ ਜਿਹੀ ਬੂੰਦ ਇੱਕ ਸੁੱਚਾ ਮੋਤੀ, ਅਮੁੱਲਾ ਮੋਤੀ ਬਣੀ ਪਈ ਸੀ। ਯਾਦ ਰੱਖ, ਅਸੀਮ ਤਾਕਤਾਂ ਚਾਹੀਦੀਆਂ ਨੇ ਤੇ ਸੀਮਾ ਤੋਂ ਰਹਿਤ ਖੁਦਾ ਨਾਲ ਜੁੜਨਾ ਹੀ ਪਵੇਗਾ। ਸ਼ਕਤੀ ਚਾਹੀਦੀ ਹੈ ਨਾ, ਭਾਰਤ ਵਰਸ਼ ਦੇ ਬਾਦਸ਼ਾਹ ਨਾਲ ਟਕਰਾਉਣਾ ਹੈ ਕੋਈ ਮਾਮੂਲੀ ਗੱਲ ਨਹੀਂ ਹੈ। ਇਹ ਮੁਗਲੀਆ ਸਲਤਨਤ ਦਾ ਰਾਜ ਹੈ, ਲੱਖਾਂ ਰਹਿਬਰ ਦੇਵੀ ਦੇਵਤੇ ਵੀ ਭਾਰਤ ਵਰਸ਼ ਦੇ ਗੁਲਾਮੀ ਦੇ ਸੰਗਲ ਕੱਟ ਨਹੀਂ ਪਾਏ। ਉਸ ਤਖਤ ਦੇ ਨਾਲ, ਉਸ ਸ਼ਕਤੀ ਨਾਲ ਟਕਰਾਉਣ ਦੇ ਲਈ ਪਰਮ ਸ਼ਕਤੀ ਨਾਲ ਚੌਂਕੜਾ ਲਾ ਕੇ ਜੁੜਨਾ ਪਿਆ। ਅਸੀਮ ਤਾਕਤਾਂ ਹਾਸਲ ਕਰਨੀਆਂ ਨੇ, ਕਿਉਂਕਿ ਬੜਾ ਬੇਕਾਬੂ ਜਿਹਾ ਸਮੁੰਦਰ ਹੈ ਔਰੰਗਜ਼ੇਬ। ਜੇ ਇਸ ਨੂੰ ਕਾਬੂ ਨਾ ਕੀਤਾ ਗਿਆ, ਕੇਵਲ ਜੰਜੂ ਹੀ ਖਤਮ ਨਹੀਂ ਹੋਵੇਗਾ, ਕੁੱਲ ਕਾਇਨਾਤ ਦੇ ਧਰਮਾਂ ਨੂੰ ਨੇਸਤਨਾ ਬੂੰਦ ਕਰਕੇ, ਖੁਰਾ ਖੋਜ ਮਿਟਾ ਕੇ, ਕੇਵਲ ਕਲਮਾਂ ਦਾ, ਕੇਵਲ ਇਸਲਾਮ ਜਗ ਦਾ ਬੋਲਬਾਲਾ ਔਰੰਗਜ਼ੇਬ ਕਰ ਦਿੰਦਾ। ਕਿਉਂਕਿ ਜਿਹੜੇ ਦਰਿਆ ਬੇਕਾਬੂ ਹੋ ਜਾਣ, ਉਹ ਨਹੀਂ ਵੇਖਦੇ ਵੀ ਇਹ ਕੁੱਲੀ ਹੈ ਜਾਂ ਮਹੱਲ ਹੈ, ਸਭ ਕੁਝ ਰੋੜ ਕੇ ਲੈ ਜਾਂਦੇ ਨੇ ਤੇ ਦਰਿਆ ਨੂੰ ਫਿਰ ਬੰਨ ਤਕੜੇ ਹੱਥੀਂ ਲਾਉਣਾ ਪੈਂਦਾ ਹੈ। ਪਰਮ ਸ਼ਕਤੀ ਦੇ ਨਾਲ ਜੁੜ ਕੇ ਅਸੀਮ ਸ਼ਕਤੀਆਂ ਦੇ ਮਾਲਕ ਬਣਨ ਦੇ ਲਈ, ਮੋਤੀ ਬਣਨ ਦੇ ਲਈ ਚੌਂਕੜਾ ਹਰ ਇੱਕ ਨੂੰ ਲਾਉਣਾ ਪੈਂਦਾ ਹੈ। ਔਰ ਇੱਥੇ ਇੱਕ ਫਰਕ ਹੈ, ਗੁਰੂ ਤੇਗ ਬਹਾਦਰ ਸਾਹਿਬ ਨੂੰ ਚੌਂਕੜੇ ਦੀ ਲੋੜ ਨਹੀਂ ਸੀ। ਕਿਉਂ ਜੀ? ਗੁਰ ਪਰਮੇਸ਼ਰ ਇੱਕ ਹੋ ਜਾਣੋ ਤੇ ਆਪ ਖੁਦ ਖੁਦਾ ਨੇ ਸਾਨੂੰ ਦਰਸਾਇਆ ਹੈ, ਕਿਤੇ ਜੀਵਨ ਵਿੱਚ ਦੁੱਖ ਆ ਜਾਵੇ, ਅਸੀਮ ਸ਼ਕਤੀਆਂ ਦਾ ਮਾਲਕ ਤੇਰੇ ਨਾਲ ਟਕਰਾ ਜਾਵੇ, ਝੁੱਕ ਨਾ ਜਾਈ। ਜਿਵੇਂ ਮੈਂ ਬਾਬੇ ਬਕਾਲੇ ਦੇ ਭੋਰੇ ਵਿੱਚ ਚੌਂਕੜਾ ਲਾ ਕੇ ਪਰਮ ਸ਼ਕਤੀ ਦੇ ਨਾਲ ਜੁੜਿਆ, ਜੁੜ ਜਾਈ, ਯਾਦ ਰੱਖੀ, ਤੈਨੂੰ ਅਸੀਮ ਸ਼ਕਤੀ ਦੇਵੇਗਾ, ਫਿਰ ਵੱਡੇ ਵੱਡੇ ਦਰਿਆਵਾਂ ਨੂੰ ਵੀ ਬੰਨ ਲਾ ਸਕਦਾ ਹੈ ਤੂੰ।
ਭੁਲੇਖਾ ਨਾ ਰੱਖਿਓ ਵੀ ਗੁਰੂ ਨੂੰ ਚੌਂਕੜੇ ਦੀ ਲੋੜ ਹੈ, ਚੌਂਕੜੇ ਦੀ ਤੇ ਤੁਹਾਡੇ ਮੇਰੇ ਵਰਗੇ ਮਾਮੂਲੀ ਲੋਕਾਂ ਨੂੰ ਲੋੜ ਹੈ, ਗੁਰੂ ਤੇ ਖੁਦ ਖੁਦਾ ਹੈ। ਪਰ ਜਾਚ ਦੱਸੀ ਹੈ, ਜਿਵੇਂ ਟੀਚਰ ਇੱਕ ਬੱਚੇ ਨੂੰ ਸਮਝਾਉਂਦਾ ਹੈ, ਬਾਪੂ ਨੇ ਸਾਨੂੰ ਜਾਚ ਦੱਸੀ ਹੈ। ਖੈਰ, ਪ੍ਰਗਟ ਹੋਏ, ਦੁਨੀਆਂ ਦੇ ਉੱਤੇ ਪ੍ਰਗਟ ਹੋਏ ਨੇ ਤਕਰੀਬਨ 26 ਵਰੇ ਦੇ ਕਰੀਬ। ਕੋਈ ਬਾਈ ਕਹਿੰਦਾ, ਕੋਈ 26 ਕਹਿੰਦਾ, ਉਸ ਬਾਪੂ ਦਾ ਚੌਂਕੜਾ ਰਿਹਾ ਹੈ। 26 ਵਰੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਵੇਲੇ ਦੀਨ ਦੁਨੀਆਂ ਦੇ ਮਾਲਕ ਨੇ ਅਗੰਮੀ ਚੌਂਕੜਾ ਲਾਇਆ। ਹੁਣ ਇੱਥੇ ਕਈ ਕਟਾਸ਼ ਕਰ ਦਿੰਦੇ ਨੇ ਵੀ 26 ਵਰੇ ਚੌਂਕੜਾ ਲਾਇਆ ਜਾ ਸਕਦਾ ਹੈ, ਤੇ ਮੈਂ ਹੱਸ ਪੈਂਦਾ ਵੀ ਲੱਗਦਾ ਤੁਸੀਂ ਬਾਣੀ ਧਿਆਨ ਨਾਲ ਨਹੀਂ ਪੜ੍ਹੀ। ਗੁਰੂ ਕੌਣ ਹੈ? ਗੁਰ ਪਰਮੇਸ਼ਰ ਇੱਕੋ ਜਣ ਕੌਣ ਹੈ? ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਗੁਰੂ ਨਾਨਕ ਕਹਿੰਦੇ ਜਦੋਂ ਦੁਨੀਆਂ ਦਾ ਆਗਾਜ਼ ਨਹੀਂ ਸੀ ਹੋਇਆ, ਦੁਨੀਆਂ ਕਾਹਦੇ ਤੋਂ ਪੈਦਾ ਹੋਈ ਆ? ਬਿਗ ਬੈਂਗ ਥਿਊਰੀ, ਬੜਾ ਵੱਡਾ ਧਮਾਕਾ ਹੋਇਆ। ਬਾਣੀ ਕਹਿੰਦੀ ਵੱਡਾ ਸ਼ਬਦ ਹੋਇਆ, ਦੁਨੀਆਂ ਪੈਦਾ ਹੋ ਗਈ। ਉਹਦੇ ਤੋਂ ਪਹਿਲਾਂ ਕੀ ਸੀ? ਅਰਬਦ ਨਰਬਦ ਧੁੰਦੂ ਘਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਧੁੰਦੀ ਧੁੰਦ ਸੀ, ਕੁਝ ਨਹੀਂ ਸੀ ਦੁਨੀਆਂ ਦੇ ਉੱਤੇ, ਕੋਈ ਪਹਾੜ ਪਾਉਣ ਪਾਣੀ ਨਹੀਂ ਸੀ। ਫੋਰ ਦਾ ਕਾਊਂਟਲੈਸ ਏਜਿਸ ਦੇਰ ਵਾਸ ਉਟਰ ਡਾਰਕਨੈਸ, ਹਨੇਰ ਗਰਦੀ ਛਾਈ ਸੀ। ਉਦੋਂ ਹੁੰਦਾ ਕੌਣ ਸੀ? ਕਹਿੰਦੇ ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਸੁੰਨ ਸਮਾਧ ਲਗਾਏ ਦਾ, ਖੁਦਾ ਬੈਠਾ ਸੀ ਸਮਾਧੀ ਲਾ ਕੇ, ਖੁਦਾ ਬੈਠਾ ਸੀ ਚੌਂਕੜਾ ਲਾ ਕੇ। ਪੁੱਛਿਓ ਜੀ ਕਿੰਨਾ ਕੁ ਚਿਰ? ਕਹਿੰਦੇ ਕੇਤੜਿਆਂ ਜੁਗ ਧੁੰਦੂ ਘਰ ਹੈ, ਤਾੜੀ ਲਾਈ ਸਿਰਜਣਹਾਰ ਹੈ। ਪਤਾ ਹੀ ਨਹੀਂ ਕਿੰਨਿਆਂ ਯੁੱਗਾਂ ਤੋਂ ਅਕਾਲ ਪੁਰਖ ਚੌਂਕੜਾ ਲਾ ਕੇ ਬੈਠਾ ਸੀ, ਜਾਂ ਕ੍ਰੀਏਟਰ ਲੋਰਡ ਸੈਟ ਆਨ ਦਾ ਟ੍ਰੈਂਸ ਸਮਾਧੀ ਲਾ ਕੇ ਖੁਦਾ ਬੈਠਾ ਸੀ। ਤੇ ਜਿਹੜਾ ਸੈਂਕੜੇ ਯੁੱਗ ਸਮਾਧੀ ਲਾ ਸਕਦਾ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਖੁਦਾ ਜਦੋਂ ਨਾਨਕ ਨਿਰੰਕਾਰੀ ਬਣ ਗਿਆ, ਗੁਰੂ ਤੇਗ ਬਹਾਦਰ ਬਣ ਗਿਆ, ਐ ਮੂਰਖ ਇਨਸਾਨ ਸਮਝਦਾ ਕਿਉਂ ਨਹੀਂ ਹੈ ਤੂੰ? ਜਿਹੜਾ ਯੁੱਗਾਂ ਯੁੱਗਾਂ ਦੀ ਸਮਾਧੀ ਲਾ ਸਕਦਾ, ਉਹਦੇ ਲਈ 26 ਵਰੇ ਬਹਿਣਾ ਕਿੱਡਾ ਔਖਾ ਹੋ ਗਿਆ ਹੈ। ਕਦੇ ਬਾਣੀ ਨੂੰ ਧਿਆਨ ਨਾ ਪੜਿਆ ਤੇ ਕਰ, ਕੇਤੜਿਆਂ ਯੁੱਗ ਧੁੰਦੂ ਘਰ ਹੈ, ਤਾੜੀ ਲਾਈ ਸਿਰਜਣ ਆ ਰਿਹਾ। ਉਹਨੇ ਤੇ ਯੁੱਗਾਂ ਯੁੱਗਾਂ ਤੋਂ ਤਾੜੀ ਲਾਈ ਹੈ। ਫੋਰ ਮੈਨੀ ਏਜਿਸ ਦੇ ਵਾਸ ਆ ਪਿਚ ਡਾਰਕਨੈਸ, ਪਰਮਾਤਮਾ ਸਮਾਧੀ ਲਾ ਕੇ ਬੈਠਾ ਹੈ, ਤੇ ਉਹੀ ਅੱਜ ਦੁਨੀਆਂ ਤੇ ਤੇਗ ਬਹਾਦਰ ਬਣਿਆ ਹੈ, ਉਹਦੇ ਲਈ 26 ਵਰੇ ਬਹਿਣਾ ਔਖਾ ਹੋ ਗਿਆ ਹੈ। ਤੇ ਕੀ ਗੱਲ, ਭੋਰੇ 'ਚ ਰੱਬ ਨਹੀਂ ਰਹਿੰਦਾ? ਕੋਈ ਐਸਾ ਜ਼ਰਾ ਦਿਖਾ ਦਿਓ, ਰਮਤ ਰਾਮ ਸਭ ਰਹਿਓ ਸਮਾਏ, ਕਹਿੰਦੇ ਉਹ ਤੇ ਹਰ ਜਗ੍ਹਾ ਮੌਜੂਦ ਹੈ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੇ ਰਹੇ। ਕੀ ਗੱਲ, ਭੋਰੇ ਵਿੱਚ ਨਹੀਂ ਰਹਿੰਦਾ, ਚੁਬਾਰੇ 'ਤੇ ਹੀ ਰਹਿੰਦਾ ਹੈ। ਜਿੱਥੇ ਵੀ ਯਾਦ ਕਰੋ ਖੁਦਾ ਹਾਜ਼ਰਾ ਹਜ਼ੂਰ ਹੈ, ਜਿੱਥੇ ਵੀ ਯਾਦ ਕਰੋ ਬਰਕਤਾਂ ਬਖਸ਼ਣ ਵਾਲਾ ਹੈ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ। ਸਮਾਂ ਆਇਆ ਧੀਰ ਮੱਲੀਏ ਦੀ ਈਰਖਾ, ਸ਼ੀਹੇ ਨੂੰ ਹੁਕਮ ਦਿੱਤਾ ਪਾਤਸ਼ਾਹ ਨੂੰ ਖਤਮ ਕਰਨ ਲਈ। ਸ਼ੀਹੇ ਨੇ ਗੋਲੀ ਚਲਾਈ, ਬਾਬੇ ਮੱਖਣ ਸ਼ਾਹ ਲਬਾਣੇ ਦੇ ਸਾਥੀਆਂ ਨੇ ਧੀਰ ਮੱਲ ਦੇ ਸਾਥੀਆਂ ਨੂੰ ਫੜ ਕੇ ਚੰਗੀ ਡਾਂਗ ਫੇਰੀ, ਚੰਗੀ ਸੇਵਾ ਕੀਤੀ, ਮੁਸ਼ਕਾਂ ਬੰਨ੍ਹ ਕੇ ਸ਼ੀਹੇ ਮਸੰਦ ਦੀਆਂ ਗੁਰੂ ਤੇਗ ਬਹਾਦਰ ਸਾਹਮਣੇ ਸੁੱਟਿਆ। ਸਾਰਾ ਮਾਲ ਸੁਭਾਵ ਜਿਹੜਾ ਗੁਰੂ ਕੇ ਡੇਰਿਓਂ ਸ਼ੀਹੇ ਮਸੰਦ ਨੇ ਲੁੱਟਿਆ ਸੀ ਵਾਪਸ ਲਿਆ ਬਾਬਾ ਮੱਖਣ ਸ਼ਾਹ ਲੁਬਾਣਾ ਨੇ, ਔਰ ਧੀਰ ਮੱਲ ਨੇ ਜੋ ਠੱਗੀ ਠੋਰੀ ਨਾਲ ਇਕੱਠਾ ਕੀਤਾ ਉਹ ਵੀ ਖੋਹ ਕੇ ਗੁਰੂ ਕਰ ਲਿਆਂਦਾ। ਸ਼ੀਹਾ ਮਸੰਦ ਚਰਨਾਂ 'ਤੇ ਗਿੜਗਿੜਾਇਆ, ਪਰ ਮੇਰਾ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਉਹਦਾ ਸੁਭਾਅ ਹੀ ਕੁਝ ਐਸਾ ਹੈ ਜੋ ਸਰਣੇ ਆਵੈ ਤਿਸ ਕੰਠ ਲਾਵੈ। ਬਖਸ਼ ਦਿੱਤਾ ਸ਼ੀਹੇ ਮਸੰਦ ਨੂੰ, ਨਾਲ ਹੁਕਮ ਕੀਤਾ ਬਾਬੇ ਮੱਖਣ ਸ਼ਾਹ ਨੂੰ ਵੀ ਗੁਰੂ ਘਰ ਇਹ ਪਾਪ ਦੀ ਕਮਾਈ ਨਹੀਂ ਰੱਖੀ ਜਾ ਸਕਦੀ, ਇਹ ਲੁੱਟ ਕਸੁੱਟ ਦਾ ਮਾਲ, ਜਾਓ ਧੀਰ ਮੱਲ ਨੂੰ ਮੋੜ ਆਓ। ਆਪ ਇੱਥੋਂ ਪ੍ਰਗਟ ਹੋ ਕੇ ਚੱਲ ਪਏ, ਦੇਸ਼ਾਂ ਦਸ਼ਾਂਤਰਾਂ ਵਿੱਚ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕੀਤਾ। ਪ੍ਰਫੁੱਲਤ ਕਰਦਿਆਂ ਕਰਦਿਆਂ ਜਦੋਂ ਬਾਬਾ ਬਕਾਲਾ ਸਾਹਿਬ ਕਦੇ ਗੇੜਾ ਪੈਂਦਾ ਹੈ, ਸੋਢੀ ਈਰਖਾ ਬੜੀ ਕਰਦੇ ਨੇ, ਕਰਤਾਰਪੁਰ ਜਾਂਦੇ ਨੇ ਤੇ ਉੱਥੇ ਧੀਰ ਮੱਲ ਦਾ ਪਰਿਵਾਰ ਸੋਢੀ ਈਰਖਾ ਬੜੀ ਕਰਦੇ ਨੇ। ਦੀਨ ਦੁਨੀਆਂ ਦਾ ਮਾਲਕ ਕਿਤੇ ਮਾਲਵੇ ਦੇਸ਼ ਨੂੰ ਤਾਰਦਾ ਹੈ, ਕਿਤੇ ਬਾਂਗਰ ਦੇਸ਼ ਨੂੰ ਤਾਰਦਾ ਹੈ, ਕਿਤੇ ਅਸਾਮ, ਕਿਤੇ ਬੰਗਾਲ, ਹਰ ਜ਼ਰੇ ਨੂੰ ਪਾਕ ਤੇ ਪਵਿੱਤਰ ਕਰਦਾ ਹੋਇਆ ਆਨੰਦਾਂ ਦੀ ਪੁਰੀ ਟਿਕਦਾ ਹੈ। ਇਹ ਉਹ ਆਨੰਦਪੁਰ ਹੈ
जो कहलूर दे राजे पासों दीन दुनिया दे मालक ने कीरतपुर तो कोई 5-6 मील की दूरी दे उते कीरतपुर जाब राजे सन पातशाह सोडिया की ईरखा तो एक पासा करके कीरतपुर विराजे सन पास ही कहलूर दे राजे पासों कोई 5-6 को दी दूरी ते जगह लैके माखोवाल पिंड नूं आनंदां दी पुरी विच तब्दील कीता। उत्थे सुभायमान रहिंदे सन। भारत वर्ष ते की दुनिया दा सब तों सनातन मत कश्मीर दे पंडित सनातन मत हिंदूइज़म दे आगू। देखो एक नीति हुंदी है सरकारां दी, किसी का धर्म तब्दील करना है आगू का धर्म तब्दील करवा लो। जदों जरनैल डिग पवे तो फौजां डिगी पैंदियां ने। औरंगजेब ने ऐलान कर दिता है भी हिंदू जिन्हें भी ने जनेऊ ला के उन्हां नूं कलमा पढ़ा लेना है। ऐलान कर दिता, सगरे नरमै तुरक बनाऊं बहुर शरा मैं पले चलाऊं। शरा विच लिया के सब नूं मुसलमान बनावांगा, परमात्मा की सारी रचना नूं मलिया मेट करके इस्लाम विच तब्दील करांगा। ते गुरु नानक दा घर बाबर नूं जाबर ही उदों कहिंदा है जदों मुरदार कोई खांदा है, गैरां दा हक कोई खोंदा है। नानक निरंकारी दा दर्दां नाल भरिया दिल फिर हर एक की हिफाजत लई उठदा है, हर एक दा दर्द वंडाउंदा है। नानक निरंकारी दा घर तन ते मन की पीड़ा हरदा है गुरु नानक दा घर। ऐलान हो गया, सवा सवा मन जंजू लैण लग पए। औरंगजेब ने ऐलान किया, आए शेर अफगान कश्मीर के पंडतों सनातन मतियां इस्लाम विच लाया और सुखाला हो जाएगा जदों इन्हां दे प्रचारक आगू इस्लाम कबूल कर लैणगे। ये सारे हिंदू जिहड़े ने ये सारे कलमा पढ़ लैणगे। इस करके आगूआं ते वार होया। आगू फिर दीन दुनिया दे मालक गुरु तेग बहादुर साहिब दे दर ते आए। हुण समझ लिओ करोड़ां देवतियां नूं पूजण वाले रहबरां नूं मन्नण वाले बड़े बड़े सतपुरशां दा ध्यान धरन वाले जदों किसे ने बाह ना फड़ी फिर वह दर चेते आया जिहदे बारे कहिंदे ने सब ते वड्डा सतगुर नानक जिनकल राखी मेरी। गुरु नानक इज द सुप्रीम लॉर्ड, खुद खुदा गुरु नानक ही रख्या करन वाला है। तू सतगुर चौं जुगी आप आपे परमेसर चौवां जुगां दे मालक दे दर ते आए। इहदा मतलब होर कोई दर नहीं सी रख्या करन वाला, दर ते आए। तरला लिया महाराज नूं कहिंदे तिलक दी जंजू दी बेड़ी डुब रही है ते जे पातशाह अज कोई मोढ़ा लाउण वाला है जिवें बाबे मक्खण शाह दे जहाज नूं मोढ़ा लाया है, जंजू डुबदे नूं मोढ़ा ला के रख लो नहीं ते जंजू अज डुब चलिया है। की गुरु मोढ़ा ला सकदा है? बाणी कहिंदी है गुर ते बाहर किस नहीं गुर कीता लोड़े सो होए, गुरु जो चाहे कर सकदा है। तरला लिया गुरु तेग बहादुर साहब कहिंदे फिर औरंगजेब नूं कह दिओ क्षत्रियां दे सिरमौर गुरु तेग बहादुर साहब ने साडे ओ मालक ने भारत वर्ष दे इंसानियत दे मालक, अगर साडे सिरमौर साडे आगू, क्योंकि देखो गुरु नानक दे घर नूं हिंदू भी गुरु कह के मानदे सन ते सिख भी मानदे सन, इस्लाम जगत जाहर पीर जगत गुर बाबा पीर कह के मानदा सी इस घर दे गुरता गद्दी दे मालकां नूं, सारी कायनात मानदी सी। तां जगत गुरु कहा गुरु नानक दे घर दे गद्दी दे वारसां नूं, तां गुरु ग्रंथ साहिब जगत गुरु ने। तरला लिया मैं फिर पढ़ दवां, जो सरणे आवै तिस कंठ लावे, जंजू आवे कलमा पढ़न वाला आवे सिख आवे। गुरु नानक दा सुभा है दुखियां दे दर्द वंडाउणे। असीं धर्म दीआं कंधां जादियां चुकी फिरदे हैं, असी कहने जिहड़ा दूसरे धर्म का है उसनू खत्म कर दिओ खुरा खोज मंडा लिओ। गुरु नानक कहिंदा नहीं, इक्के मिट्टी तो सब भांडे बने ने, सारिआं नाल प्रेम करो। कलगी धर दा भी फुरमान है जिन प्रेम कियो तिन ही प्रभ पायो। खैर गुरु पातशाह ने दर्द वंडाउण दे लई जंजू नूं डुबदे नूं बचाउण दे लई नौवां वरिआं दे बाबा गोविंद राय जी अपने पिता नूं कहिंदे तुहाडी कुरबानी तो बिना तुहाडे मोढ़ा लाउण तो बिना सनातन मत इंसानियत नहीं बच सकती, ना सनातन मतीए बचणगे ना इंसानियत बचेगी। पातशाह चल पए आगरे, गिरफ्तारी दित्ती।
अज पिंजरे विच कैद किए गए। उत्थे एक फारसी का विद्वान लिखता है, गुरु पातशाह नू एक वहेली दे विच कैद किया गया। कहिंदे भूतां वाली वहेली वजदी सी, हवेल सी बड़ा तकड़ा वलिया होया, एक महल सी बियाबान सी, उहदे विच पातशाह नू कैद किया गया। पंथ प्रकाश विच भी इस प्रसंग का जिक्र आउंदा है। पातशाह नू कैद कर दिता गया, रात लंघी है ते अगले दिन ये जेड़े हुक्मरान ने एक दूजे नाल गल्लां बातां करदे ने। औरंगजेब दा हुक्म सी, जाते करामात विखा दिओ, देखो अपने प्यारे दी हिफाजत लई गुरु करामात भी विखाउंदा है। बाणी कहिंदी है ना, बारिज कर दाहिणे सिद्ध सनमुख मुख जोवै, रिद बसै बांग जो तीन लोक अंतर मोह, करामात आजमतां ते गुरु दे चरणां विच नचदियां फिरदियां ने। अपने प्यारियां नूं रखदा भी है, पर जे कोई अड़के आखे करामात विखाओ ते गल इदा नहीं चलदी, खुद खुदा अगे झुकना पैंदा है। जिद करके रब झुकदा नहीं, उहनूं झुकाया नहीं जा सकदा। कहते रहे ने सीस दिया पर सिरण ना दिया, वह नहीं झुक सकदा। हुण ध्यान दिओ, कैद कर लिया गया है हवेली दे विच कैद ने। दिल्ली दा उदों निजाम सैफदीन है, गुरु पातशाह नूं भूतां वाली हवेली विच कैद किया गया। दिल्ली दा किलेदार मुलफल खान, ये सारिया रल मिलके औरंगजेब दे हुक्म विच पातशाह नूं हवेली विच कैद किया गया। ते शाही काजी उदों वहाबदीन सी। रात नंगी ते सवेर चढ़ी जहां खां दी बेटी, जिसका नां जहां आरा सी, उहने चांदनी चौंक बनवाया सी जिथे पातशाह दी शहीदी होनी है। भूतां वाली हवेली विच रखिया गया। सलीमगढ़ किले दे कोल उह हवेली सी। पंथ प्रकाश पढ़ियो, इतिहास पढ़ियो, जिक्र आवेगा। वहाबदीन नूं सैफदीन ने सवेरे पुछया भी की सिखां दा गुरु भूतां वाली हवेली विच मर मुक गया है, की डर गया है, की झुक गया है, पता करना चाहीदा है। उत्थे कमाल दे फारसी दे बोल ने, मकाने जिंदा राह। ध्यान दिओ, मकाने जिंदा राह, गुलस्ताने तसवर फरमूद, गुलस्ताने तसवर फरमूद, मकाने जिंदा राह, गुलस्ताने तसवर फरमूद। वह पुछदा है गुरु जींदा है कि भूतां वाली हवेली विच डर ना गया। देखो सब 84 लख दा गेड़ भूत प्रेत सब ने, कई कोट भूत प्रेत सूकर रिगार, जो बाणी कहिंदी है वह मौजूद है। बाणी कहिंदी है, बाणी कुछ मिथ नहीं कहिंदी, उह ते कहिंदी है, बोली है सच, धर्म झूठ ना बोली है। सानू आखे सच बोलो, आप झूठी उदाहरण मिथ उदाहरण गुरु कदे नहीं दे सकदा। जे हुंदे ने ते जिक्र है। वैसे जिन्हों का कोई जीवन नहीं, नितनेम नहीं, वह बंदे भी भूतों वर्ग ही ने। पर प्रतख अगोचर बरकत, कुछ ताकत जो अखा का विशा नहीं, वह हुंदियां ने, जिन्हों कहिंदे ने कई कोट भूत प्रेत सूकर मृगाज। कहिंदे वह भूतों वाली वेली है, उत्थे कोई रहिंदा नहीं है। की गुरु डर गया, की गुरु मर गया। कहिंदे ना मकाने जिंदा रा, वह तू कहना है गुरु डर गया, गुलस्ताने तसवर फरमूद। अज वेखिया इन्हां अखां दे नाल जिस हवेली विच कैदी रखे जांदे सन और डरदे मारे ही रात नूं मर जांदे सन, जिन्हां ने कदे उस हवेली चों बाहर आके नहीं वेखिया, हड्डियां ही बाहर आउंदियां सन। सिखां दा गुरु, अजमतां दा मालक, करामातां दा मालक, समुची कायनात दा जगत गुरु इदां सैर कर रहा है उस भूतां वाली हवेली विच जिवें कोई बगीचे दे विच भौरा टहलदा फिरदा आवे। उहनूं की खतरा है भूतां दा? मकाने जिंदा राह, गुलस्ताने तसवर फरमूद। उते सैर सपाटा करदा पिया है। उते तुसीं बाणी नहीं पढ़ी, इन्हां लोकां बाणी नहीं पढ़ी। जे बाणी पढ़ी होवे ना ते ये जाणदे हुंदे, गुरु नानक निरंकारी भूत प्रेत आप चरण परसदे ने मुक्ति हासिल करन दे लई। गुरु नानक ऐसिया अजमतां दा मालक है, गुरु नानक कुल कायनात दा मालक है, दीन दुनिया दे मालक। गुरु तेग बहादुर साहिब पिंजरे विच कैद ने। अज जलाद
तलवार कढ़ी खलोता है। पातशाह ने उत्थे पास ही खूह सी रुख दे थले सन, उन्हें आखिया कोई इच्छा? कहिंदे नहीं, केवल खुदा दी याद, खुदा नू याद करना। इउं ही जीवन वैराग विच लंघिया है, इशनान कीता, जपजी साहिब पढ़िया, अकाल पुरख दा निर्गुण दा जाप कीता, अज बैठे ने चौंक दे विच, शर्तां रखियां, वजीरियां बख्श दवांगे, बड़ियां बड़ियां शहजादियां दे डोले मिलणगे। तुसीं की लैणा है सनातन मत कोलों? तुसीं अपने धर्म नू प्रफुल्लत कर रहे हो, कलमा पढ़ लवो, किथे तुसीं एक देश दे एक कौम दे वाली हो। इस्लाम कबूल करो, जिन्नियां आजमतां ने समुची कायनात तुहाडे अगे झुक जावेगी। पर बापू कहिंदे ने, सीस दिया पर सिरण ना दिया। पातशाह कहिंदे, गल सुन, फकीरी विच हां, फकीर बन के विचरे हां, फकीर ठंडा बड़ा है, पीरी विच विचरना है। गुरु नानक दा हुक्म है, नौवां जामा पीरी विच विचरेगा। याद रख, जे तू आखे इस घर विच अजमत नहीं, करामात नहीं, ते तैनू दसवें जामे विच तलवार दी अजमत विखावांगा मैं। कमाल दे उच्चे बोल बापू ने कहे ने, याद रखियो, काजी बहावदीन ते गुरु तेग बहादुर साहिब दी गलबात चलदी है। बड़े पाक अल्फाज ने कहिंदे, ऐलान कर दिता गुरु तेग बहादुर साहिब ने, ओ मकतल मकतूल कठे हुए बैठे ने, ऐलान कर दिता, मैं हां तेग, परख लै तेग, तू भी एक दो नहीं, परख लै सौ तेगा, मैनू तेग बहादुर दा लकब मिलिया, मेरा कुछ नहीं सकदियां खो तेगा, मैं जमदिया तेगा दी शामाणी, मेरे प्यो ने पहनिया दो तेगा, मेरे पिता दी अणख बहादरी ते हरिया परखदा तेरा प्यो तेगा, हुण देखी आउंदे भविख अंदर, मेरे लाल ने वाहणिया ओ तेगा, हुण देखी आउंदे भविख अंदर, मेरे लाल ने वाहणिया ओ तेगा, ओदी तेग चों जेड़ी तेग निकलू, लखां लौगी तेरियां खो तेगा। अए औरंगजेब, फकीर फकीरी विच विचरिया है, तू कहिंदा सी आगू झुक जावे ते कौम झुकेगी। देख, भारत वर्ष दा, सिखां दा, हिंदुआं दा आगू गुरु तेग बहादुर झुकिया नहीं, कुरान दियां कसमां खादियां ने, अज तो बाद जंजू नूं हथ नहीं लावेंगा। औरंगजेब ने कबूल कीता सी, दीन दुनिया दे मालक ने सीस दिता, शहादत दी अवधि माणी, सी नहीं उचरी। और फकीरी तो बात ऐसी मीरी दी गल उठी, गुरु गोबिंद सिंह ने फिर 14 जंग लड़े, अल्लाह यार खां नूं कहना पै गया, जिस रन में लड़ा बेसरो सामान लड़ा तू, 100 सिंह लिए लाखों पे जा जा के पड़ा तू। फकीरी विच समुंदर शांत रहा, जदों मीरी विच आके उछलिया ते 14 जंगां विच भारत वर्ष दे उस औरंगे दियां फौजां नूं, 22 धार दियां फौजां नूं मिट्टी विच मिला दिता गुरु गोबिंद सिंह ने। फकीर सी ते एडा ठंडा, कदे तत्ती तवी ना गर्म कर सकी, कदे चांदनी चौंक तत्ता ना कर सकिया। जे मीरी विच आया ते लखां तूफान वी उहदी तलवार नूं ठंडा ना कर सके। अज दे दिन वो कुल कायनात दी चादर, हिंद ते एक छोटा मुल्क है, समुची कायनात दी चादर गुरु तेग बहादुर साहिब दी शहादत होई, दीन दुनिया दे मालक चांदनी चौंक शहीद होए, सीस दा संस्कार आओ नंदा दी पुरी दे इलाके विच होया, धड़ दा संस्कार काबगंज साहिब विखे होया। दीन दुनिया दा मालक 1732 बिक्रमी संवत दे विच मगर सुदी पंचमी नूं शहादत दी अवधि माण गया, और गुरु गोबिंद सिंह ने कह दिता, तेग बहादुर सी किरिया करी ना किनहूं आन। अपने लई सिर देण वाले बड़े रहबर होए ने, बड़े धर्मी लोग अपने धर्म लई सिर दिंदे ने, पर गैरां लई सिर देना, इहदे नालों वड्डी उदाहरण दुनिया विच कोई नहीं है। अपने घर ते दीवा हर कोई बालदा है, गैरां घर चानण नहीं कोई करना चाहुंदा। अपने घर दे चिराग बुझा के गैरां दे घरां विच चिराग बालिया गुरु तेग बहादुर साहिब ने, आ मंदरां दे टल, आ तिलक धोती बोधी, अज किधरे नदरी ना आउंदे जे मेरे बापू गुरु तेग बहादुर साहिब डुबदे जंजू नूं मोढ़ा ना लाउंदे
सिख जगत ते उस महापुरश की असीम कुरबानी अगे सिजदा करता ही है। कई बार दास सोचता है भी समुची कायनात नूं ये दिन मनाउणा चाहीदा, ह्यूमन राइट्स के तौर पर, मनुखी हकां दे तौर पर यूएनओ नूं चाहीदा है समुची कायनात अंदर दिन मनाउणा, क्योंकि मनुखां दे हकां लई गुरु तेग बहादुर साहब तो वड्डी कुरबानी ना कीती है ना कोई कर सकता है। तां बापू ने कहा है तिलक जंजू राखा प्रभ ताका कीनो वड्डो कलू मह साका, साधन हेत इति जिन करी सीस दिया पर सी ना उचरी, ठीकर फोर दलीस सिर प्रापुर किया पयान, तेग बहादुर सी क्रिया करी ना किन्हू आन, तेग बहादुर के चलत भयो जगत को शोक, है सब जग भयो, जय 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 सुरलोक। तिना लोगों विचों दी जय जयकार है, सिखां ने ते करनी है समुचे खंड ब्रह्मांडो दी जय जयकार करदे ने। आओ उस महापुरश दी शहादत नूं कोटान कोट प्रणाम है। ये अखरी अर्थ करके गुरु के फुरमान दे समाप्ति करना करिए जी। सतनाम श्री वाहे गुरु साहेब जी बिलावल, जन्म मरण का भ्रम गया गोबिंद लिव लागी। ऐ पंडित जी असी कर्म कांड नहीं करते, कबीर जी कहिंदे जम्मण ते मरण दा जेड़ा साडा भय है, एक अकाल पुरख नाल बिरती साडी जदों दी जुड़ी है, एडी उच्ची सुची बिरती हो गई है, हुण जम्मण मरण दा कोई भय नहीं रहा, निजाकत मिल गई है जन्म अते मरण तो, जमा दी मार तो, अते गर्भ दे दुखदायक समय नूं भोगण तो निजाकत मिली है। जीवत सुन समानिया गुर साखी जागी। सुन अफुरवस्था, साखी सिख्या, गुरु दी सिख्या लैके असी अफुरवस्था हासिल कर ली है, मंगणे मुक गए ने, हुण दर दर ते झोली नहीं अड्डी दी, इच्छावां खत्म हो गई ने, मन उथे साडा जाके टिकया है, सुरत उथे जुड़ी है, जिथे मंगना मुक जांदा है, जिथे फुरने खत्म हो जांदे हन। रहाओ काशी ते धुन उपजा धुन काशी जाई। देख जेड़ा काशी दा बर्तन उन्हूं खड़काओ, एक धुन पैदा होगी, कुछ समय लई संकोच करो, चोट ना करो, वह धुन फिर कांसी विच समा जाती है, भांडे विच समा जाती है, उस भांडे विचले असमान विच भेद हो जाती है। कहिंदे असीं ते जिथों पैदा होए हाँ गुरु की सिख्या लैके इन्ने निर्मल हो गए, जिवें पानी विच अभेद होण लई निर्मल होना पैंदा, पानी विच कदे तेल नहीं घुलदा, विकारां दी मैल तो रह तो के गुरु की सिख्या नाल इउं पानी विच पानी मिल गया है, जिमें कांसी तो उपजी धुन फिर कांसी विच समाई, गुरु की सिख्या सदका जिथे खुदा तो असी आगाज धारिया सी ओ फिर अभेदता हासिल गुरु की सिख्या नाल कीती, जिमें पानी दे बुलबुले पानी विच भेद हुंदे ने, कांसी की धुन कांसी विच भेद हुंदी है, इउं खुदा तो उपज गए अज फिर खुदा विच बदे मुक्ति जीवन मुक्ति हासिल कीती है, वी एमेंसिपेटेड असी उस खुदा विच अभेद होए हां। काशी फूटी पंडता धुन कहा समाई। अच्छा पंडित जी गल ये है, मन विच बड़ी तृष्णा सी, मन विच बड़िया इच्छावां सन, जिमें हर एक नूं नहीं पता काशी च उपजी धन किथे जांदी है, सतपुरश जाणदे ने काशी विच ही समाउंदी है, असी परमात्मा नूं याद कीता और ऐसी उची सुची बुद्ध हासिल हो गई, इच्छावां फुरने मुक गए, तृष्णा दी आवाज गुम हो गई, जिवें कांसी विच तुन गुम हुंदी है, इउं खुदा दे विच सानू अभेदता हासिल होई है, उहदी जिहड़ी तुन सी तृष्णा दी द्वैश दी उह परमात्मा ने साडी त्याग दित्ती खत्म कर दित्ती, हर लई खुरा खोज मिट गया, तृष्णा साडी मुकी, निर्मल हो गए, जदों मंगा मुक गईयां, निरंकार दी मंग सी निरंकार विच अभेद होए, संसार दियां मंगा छड़ियां, संसार दा खेड़ा छुट्टिया है। त्रिकुटी संद मैं पेखिया
ਘਟ ਹੋ ਘਟ ਜਾਗੀ। ਸਤਿਗੁਰ ਦੀ ਸਿੱਖਿਆ ਨਾਲ ਮੇਰੇ ਅੰਦਰ ਦੀ ਖਿੱਚ ਦੂਰ ਹੋ ਗਈ ਔਰ ਆਪਣੇ ਘਟ ਦੇ ਵਿੱਚ ਔਰ ਹਰ ਘਟ ਦੇ ਵਿੱਚ ਹਰ ਜ਼ਰੇ ਦੇ ਵਿੱਚ ਖੁਦਾ ਸਾਨੂੰ ਅੱਜ ਨਜ਼ਰੀ ਆ ਗਿਆ। ਤਿੰਨ ਗੁਣ ਕੀ ਨੇ ਤ੍ਰਿਕੁਟੀ, ਰਜੋ ਤਮੋ ਸਤੋ, ਹਰ ਇੱਕ ਜ਼ਰੇ ਦੇ ਵਿੱਚ ਮਾਇਆਵੀ ਸ੍ਰਿਸ਼ਟੀ ਵਿੱਚ ਖੁਦਾ ਸਾਨੂੰ ਨਜ਼ਰੀ ਆਇਆ। ਕਰਤਾ ਕਰਮ ਕ੍ਰਿਆ ਧਿਆਨ ਧਿਆਤਾ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰੀ ਆਇਆ। ਗਿਆਨ ਗਿਆਤਾ ਗੇ ਆਦਿ ਦੇ ਵਿੱਚ ਖੁਦਾ ਨਜ਼ਰੀ ਆਇਆ। ਗਰੀਬ ਗੁਰਬੇ ਵਿੱਚ ਖੁਦਾ ਨਜ਼ਰੀ ਆਇਆ ਹੈ। ਹਰ ਘਟ ਵਿੱਚ ਪਰਮਾਤਮਾ ਨਜ਼ਰੀ ਆ ਗਿਆ ਗੁਰੂ ਦੀ ਸਿੱਖਿਆ ਦੇ ਨਾਲ। ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ। ਲੋਕ ਬਾਹਰੋਂ ਘਰ ਛੱਡਦੇ ਨੇ, ਪਰਿਵਾਰ ਛੱਡਦੇ ਨੇ, ਮੇਰੇ ਤੇ ਐਸੀ ਕਿਰਪਾ ਹੋਈ ਹੈ ਗੁਰੂ ਦੀ, ਐਸੀ ਬੁੱਧੀ ਹਾਸਲ ਹੋ ਗਈ ਵੀ ਅੰਦਰੋਂ ਮਨ ਕਰਕੇ ਉਪਰਾਮਤਾ ਹਾਸਲ ਹੋਈ ਹੈ। ਮੋਹ ਮਾਇਆ ਮਨ ਕਰਕੇ ਛੱਡੀ ਹੈ, ਇੱਥੇ ਤਨ ਕਰਕੇ ਛੱਡਣ ਵਾਲੇ ਵਿਖਾਵਾ ਕਰਨ ਵਾਲੇ ਬੜੇ ਨੇ, ਮਨ ਕਰਕੇ ਫਿਰ ਜੁੜੇ ਰਹਿੰਦੇ ਨੇ ਮੋਹ ਮਾਇਆ ਵਿੱਚ। ਅਸੀਂ ਅੰਦਰੋਂ ਵਿਰਕਤ ਹੋ ਗਏ, ਅੰਦਰੋਂ ਉਪਰਾਮਤਾ ਹਾਸਲ ਹੋਈ ਹੈ। ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ। ਯਾਦ ਰੱਖਿਓ ਅੰਤਰ ਧਿਆਨ ਹੋ ਕੇ ਆਪਣੇ ਆਪ ਦੇ ਵਿੱਚੋਂ ਸੂਝ ਪ੍ਰਗਟ ਹੋਈ, ਖੁਦਾ ਦੇ ਦਿਦਾਰੇ ਹੋਏ ਔਰ ਰੱਬੀ ਜੋਤ ਦੇ ਵਿੱਚ ਉਸ ਤੇਜ ਦੇ ਵਿੱਚ ਉਹ ਅਗੰਮੀ ਆਦਿ ਸ਼ਕਤੀ ਦੇ ਵਿੱਚ ਆਖਣ ਲੱਗੇ। ਜਦੋਂ ਆਤਮਾ ਪ੍ਰਕਾਸ਼ ਸਰੂਪ ਅੰਦਰੋਂ ਪਰਮਾਤਮਾ ਦੀ ਯਾਦ ਵਿੱਚ ਜੁੜ ਗਏ, ਅੰਤਰ ਧਿਆਨ ਹੋਏ, ਧਿਆਨ ਲਾਉਣਾ ਕੀਤਾ, ਜੋ ਪਰਮਾਤਮਾ ਹਰ ਜ਼ਰੇ ਵਿੱਚ ਸੀ। ਪਰ ਚੇਤੇ ਹਰੇਕ ਦੇ ਨਹੀਂ ਹੁੰਦਾ। ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹੇ ਚੀਤ, ਸਰੀਰਾਂ ਸਭਨਾ ਵਿੱਚ ਹੈ, ਸਭੈ ਕਟ ਰਾਮ ਬੋਲੇ ਮੌਜੂਦ ਹੈ, ਚੇਤੇ ਵਿਰਲਿਆਂ ਦੇ ਹੈ। ਤੇ ਚੇਤੇ ਫਿਰ ਹੀ ਆਉਂਦਾ ਜਦੋਂ ਚੌਂਕੜਾ ਲਾਈਏ। ਕਹਿੰਦੇ ਅੰਤਰ ਧਿਆਨ ਹੋ ਕੇ ਚੇਤੇ ਕੀਤਾ, ਅੰਦਰੋਂ ਪ੍ਰਗਟ ਹੋ ਗਿਆ, ਜਿਵੇਂ ਲੱਕੜ ਵਿੱਚ ਅੱਗ ਹੈ ਤੀਲੀ ਲਾਉਣੀ ਪਈ, ਧਿਆਨ ਧਾਰਨਾ ਪਿਆ, ਨਾਮ ਸਿਮਰਨ ਚੌਂਕੜਾ ਲਾ ਕੇ ਮੁਸ਼ਕਤਾਂ ਘਾਲ ਕੇ ਜਪਣਾ ਪਿਆ, ਅੰਦਰੋਂ ਪਰਮਾਤਮਾ ਪ੍ਰਗਟ ਹੋ ਗਿਆ ਔਰ ਅਖੀਰ ਜਿਉਂਦਿਆਂ ਜੀ ਬ੍ਰਹਮ ਵਿੱਚ ਸਾਨੂੰ ਅਭੇਦਤਾ ਹਾਸਲ ਹੋਈ ਹੈ। ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ। ਅੱਛਾ, ਜਦੋਂ ਅੰਦਰ ਪ੍ਰਗਟ ਹੋ ਗਿਆ, ਜਦੋਂ ਯਾਰੀ ਪੈ ਗਈ ਤੇ ਯਾਰਾਂ ਦੇ ਗੁਣਾਂ ਦੀ ਸਮਝ ਪੈ ਜਾਂਦੀ ਹੈ। ਜਿੰਨਾ ਚਿਰ ਦਿਦਾਰੇ ਨਹੀਂ ਸੀ ਹੋਏ, ਤੂੰ ਕੌਣ ਤੇ ਮੈਂ ਕੌਣ, ਇਹ ਜੱਗ ਮਿੱਠਾ ਗਲਾ ਕਿੰਨੇ ਡੇ, ਅਸੀਂ ਕਹਿੰਦੇ ਸੀ ਅਸੀਂ ਕੀ ਲੈਣਾ ਰੱਬ ਤੋਂ, ਸਾਨੂੰ ਪਤਾ ਨਹੀਂ ਸੀ, ਰੱਬ ਦਾ ਗਿਆਨ ਨਹੀਂ ਸੀ। ਦੇਖੋ, ਹੀਰੇ ਦੀ ਸਮਝ ਪਾਰਖੂ ਨੂੰ ਹੈ, ਸੰਤ ਨੂੰ ਹੀ ਖੁਦਾ ਦੀ ਸਮਝ ਹੈ, ਸਾਡੇ ਲਈ ਤੇ ਉਹ ਕੁਝ ਵੀ ਨਹੀਂ। ਅਸੀਂ ਤੇ ਹੀਰਾ ਛੱਡ ਕੇ ਕੱਚ ਦਾ ਵਪਾਰ, ਮੋਹ ਮਾਇਆ ਦਾ ਵਪਾਰ ਕਰਦੇ ਰਹਿੰਦੇ ਹਾਂ। ਹੀਰੇ ਦੀ ਕੀਮਤ ਪਤਾ ਹੋਵੇ ਤੇ ਫਿਰ ਹੀ ਹੀਰੇ ਨਾਲ ਤੇ ਹੁੰਦਾ ਹੈ। ਆਖਣ ਲੱਗੇ ਕਬੀਰ ਜੀ, ਅੰਤਰ ਧਿਆਨ ਹੋਏ, ਗੋਬਿੰਦ ਪ੍ਰਗਟ ਹੋਇਆ, ਚੇਤੇ ਵਿੱਚ ਪ੍ਰਗਟ ਹੋਇਆ, ਅੰਤਸ਼ਕਰਨ ਵਿੱਚ ਪ੍ਰਗਟ ਹੋਇਆ, ਜਾਣ ਪਛਾਣ ਬਣ ਗਈ, ਗੁਣਾਂ ਦਾ ਪਤਾ ਲੱਗ ਗਿਆ, ਕੀਮਤ ਦਾ ਪਤਾ ਲੱਗ ਗਿਆ। ਸੇਸ ਕਬੀਰ, ਆਈ ਹੈਵ ਰਿਅਲਾਈਜ਼ਡ, ਸਾਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ, ਲਾਰਡ ਆਫ ਦਿਸ ਵਰਲਡ ਇਜ਼ ਲੋਕੇਟਡ ਇਨ ਮਾਇੰਡ, ਖੁਦਾ ਅੰਦਰ ਮੌਜੂਦ ਸੀ, ਅਸੀਂ ਪ੍ਰਗਟ ਕਰ ਲਿਆ, ਦਿਦਾਰੇ ਕਰ ਲਏ, ਇਉਂ ਵਧੇ ਮੁਕਤ ਹੋਏ, ਇਉਂ ਅਮੈਂਸੀਪੇਸ਼ਨ ਮਿਲ ਗਈ, ਨਿਜ਼ਾਕਤ ਮਿਲ ਗਈ। ਜਿਹੜਾ ਅੰਤਰ ਧਿਆਨ ਹੋਵੇਗਾ ਉਸੇ ਨੂੰ ਹੀ ਮੁਕਤੀ ਹੈ। ਐਸੇ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਬੀਰ ਜੀ ਦਾ ਅਗੰਮੀ ਫੁਰਮਾਨ ਹੈ ਜੀ, ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਆਪ ਸੰਗਤ ਨੇ ਗੁਰਾਂ ਨੇ ਬਖਸ਼ ਦੇਣਾ। ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ। ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ